ਅੱਜ ਕੱਲ੍ਹ ਆਮ ਤੌਰ ਉੱਤੇ ਸਮਾਜ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਸਮਾਜ ਦੇ ਵਿੱਚ ਬਰੂਣ ਹਤਿਆ ਦੀ ਗੱਲ ਕੀਤੀ ਜਾ ਰਹੀ ਹੈ ਉਸ ਦਾ ਕਾਰਨ ਇਹ ਹੈ ਕਿ ਹਰ 10 ਸਾਲ ਬਾਅਦ ਸਾਡੇ ਇੱਥੇ ਜਨਗਣਨਾ ਹੁੰਦੀ ਹੈ ਸੈਂਸਸ ਹੁੰਦੀਆਂ ਉਹਦੇ ਵਿੱਚ ਇਹ ਮਹਿਸੂਸ ਕੀਤਾ ਗਿਆ ਹੈ ਕਿ ਲੜਕੀਆਂ ਦੀ ਗਿਣਤੀ ਜਾਂ ਫੀਮੇਲਸ ਦੀ ਗਿਣਤੀ ਉਸ ਸਮਾਜ ਦੇ ਵਿੱਚ ਬਹੁਤ ਘਟ ਗਈ ਹੈ ਜਿਸ ਨਾਲ ਇੱਕ ਵਿਸ਼ੇਸ਼ ਕਿਸਮ ਦਾ ਇੰਬੈਲੈਂਸ ਪੈਦਾ ਹੋ ਗਿਆ ਹੈ ਜਿਸ ਦੇ ਨਾਲ ਕ੍ਰਾਈਮ ਵਧੇਗਾ ਜਦੋਂ ਇਸਤਰੀਆਂ ਸਮਾਜ ਵਿੱਚ ਗਿਣਤੀ ਦੇ ਪੱਖੋਂ ਘਟ ਜਾਣ ਤਾਂ ਇਸ ਨਾਲ ਉਹਨਾਂ ਦਾ ਮਹੱਤਵ ਵੱਧਦਾ ਨਹੀਂ ਹੁੰਦਾ ਉਹਨਾਂ ਦੇ ਖਿਲਾਫ ਕ੍ਰਾਈਮ ਵਧਣ ਲੱਗ ਜਾਂਦੇ ਹਨ ਇਹ ਇੱਕ ਬੜੀ ਵੱਡੀ ਸੀਰੀਅਸ ਪ੍ਰੋਬਲਮ ਹੈ ਜੀ ਇਸ ਦਾ ਜੇਕਰ ਅਸੀਂ ਪਿਛੋਕੜ ਵੇਖੀਏ ਤਾਂ ਮਨੁੱਖ ਨੇ ਆਪਣੇ ਸਮਾਜਿਕ ਵਿਕਾਸ ਦੇ ਵਿੱਚ ਸੰਸਾਰ ਦੇ ਸਾਰੇ ਜੀਵ ਜੰਤੂਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਸੀ ਜਿਹੜੇ ਲਾਭਕਾਰੀ ਸਨ ਤੇ ਜਿਹੜੇ ਹਾਨੀਕਾਰਕ ਸਨ ਮਿਸਾਲ ਦੇ ਤੌਰ ਤੇ ਸੱਪ ਨੂੰ ਉਸਨੇ ਹਾਨੀਕਾਰਕ ਜਾਨਵਰਾਂ ਦੀ ਗਿਣਤੀ ਵਿੱਚ ਰੱਖਿਆ ਤੇ ਸੱਪ ਨੂੰ ਉਸਨੇ ਮਾਰਨਾ ਸ਼ੁਰੂ ਕੀਤਾ ਦੂਜੇ ਪਾਸੇ ਗਊਆਂ ਮੱਝਾਂ ਭੇਡਾਂ ਬੱਕਰੀਆਂ ਇਹ ਜਿਹੜੀਆਂ ਸੀ ਘੋੜੇ ਊਠ ਹਾਥੀ ਇਹ ਉਸ ਵਾਸਤੇ ਲਾਭਕਾਰੀ ਸੀ ਇਹਨਾਂ ਨੂੰ ਉਸਨੇ ਵਧਾਉਣਾ ਸ਼ੁਰੂ ਕੀਤਾ ਇਹਨਾਂ ਦੀ ਗਿਣਤੀ ਵਧਾਉਣੇ ਸ਼ੁਰੂ ਕੀਤੇ ਹੁਣ 20ਵੀਂ ਸਦੀ ਦੇ ਵਿੱਚ ਇੱਕ ਨਵੀਂ ਸਮੱਸਿਆ ਇਹ ਪੈਦਾ ਹੋਈ ਹੈ ਕਿ ਸਾਡੇ ਕੋਲ ਟੈਕਨਾਲੋਜੀ ਨੇ ਅਜਿਹੇ ਸਾਧਨ ਪੈਦਾ ਕਰ ਦਿੱਤੇ ਹਨ ਜਿਸ ਨਾਲ ਹੋਣਾ ਤਾਂ ਇਹ ਸੀ ਇਹ ਸਾਧਨ ਸਨ ਤਾਂ ਇਸ ਵਾਸਤੇ ਕਿ ਗਰਭ ਦੇ ਵਿੱਚ ਬੱਚੇ ਦੇ ਸਰੀਰ ਦੇ ਵਿੱਚ ਜੇਕਰ ਕੋਈ ਨੁਕਸ ਹੈ ਤਾਂ ਉਸ ਨੁਕਸ ਨੂੰ ਦੂਰ ਕੀਤਾ ਜਾ ਸਕਦਾ ਹੈ ਜਨਮ ਲੈਣ ਤੋਂ ਪਹਿਲੇ ਹੀ ਪਰੰਤੂ ਇਹ ਦੂਰ ਕਰਨਾ ਜਾਂ ਕਰ ਸਕਣਾ ਇਹ ਇਸ ਗੱਲ ਤੇ ਨਿਰਭਰ ਕਰਦਾ ਸੀ ਕਿ ਉਹ ਬੱਚਾ ਜਿਹੜਾ ਉਹ ਹੈ ਕੀ ਉਹ ਲੜਕੀ ਹੈ ਕਿ ਲੜਕਾ ਹੈ ਜੇ ਉਹ ਲੜਕਾ ਹੈ ਤਾਂ ਉਸ ਦੇ ਸਰੀਰ ਦੇ ਵਿੱਚ ਲੜਕੇ ਹੋਣ ਵਾਲਾ ਜਿਹੜਾ ਨੁਕਸ ਹੈ ਉਹ ਦੂਰ ਕਰਨਾ ਹੈ ਜੇਕਰ ਲੜਕੀ ਹੈ ਤਾਂ ਉਸ ਦੇ ਵਿੱਚ ਲੜਕੀ ਹੋਣ ਵਾਲਾ ਜਿਹੜਾ ਨੁਕਸ ਦੂਰ ਕਰਨਾ ਹੈ ਇਹ ਟੈਕਨਾਲੋਜੀ ਜਿਹੜੀ ਸੀਗੀ ਇਸ ਨੂੰ ਮਨੁੱਖ ਦੇ ਸ਼ਰਾਰਤੀ ਜਾਂ ਮਨੁੱਖ ਦੇ ਸਵਾਰਥੀ ਮਨ ਨੇ ਇਸ ਪੱਖ ਤੇ ਵਰਤਨਾ ਸ਼ੁਰੂ ਕਰ ਦਿੱਤਾ ਕਿ ਉਹ ਹੋਣ ਵਾਲਾ ਬੱਚਾ ਜਿਹੜਾ ਹੈ ਉਹ ਲੜਕੀ ਹੈ ਕਿ ਲੜਕਾ ਹੈ ਉਹਦੇ ਨੁਕਸ ਜਾਣ ਦੀ ਇੱਛਾ ਨਾਲ ਨਹੀਂ ਤੇ ਇਸ ਢੰਗ ਦੇ ਨਾਲ ਉਸ ਨੇ ਆਪਣੇ ਪਰਿਵਾਰ ਨੂੰ ਨਿਯੋਜਨ ਕਰਨਾ ਸ਼ੁਰੂ ਕੀਤਾ ਉਸ ਦੇ ਵਿੱਚ ਕੰਟਰੋਲ ਕਰਨਾ ਸ਼ੁਰੂ ਕੀਤਾ ਪਰੰਤੂ ਇਸ ਦੀ ਸਾਰੀ ਜਿਹੜੀ ਜੜ ਹੈ ਉਸ ਨੂੰ ਵੀ ਸਮਝਣ ਦੀ ਲੋੜ ਹੈਗੀ ਹੈ ਕਿ ਮਨੁੱਖ ਬੁਨਿਆਦੀ ਤੌਰ ਤੇ ਇਸਤਰੀ ਦੇ ਜਾਂ ਲੜਕੀ ਦੇ ਹੋਂਦ ਦੇ ਖਿਲਾਫ ਨਹੀਂ ਹੈ ਪਰੰਤੂ ਜੇਕਰ ਘਰ ਦੇ ਵਿੱਚ ਪਹਿਲਾਂ ਹੀ ਦੋ ਲੜਕੀਆਂ ਹਨ ਤਾਂ ਉਹ ਚਾਹੁੰਦਾ ਹੈ ਕਿ ਉਸ ਦੀ ਜਾਇਦਾਦ ਦਾ ਕੋਈ ਵਾਰਿਸ ਵੀ ਪੈਦਾ ਹੋਵੇ ਜੇਕਰ ਪਹਿਲੀ ਹੀ ਲੜਕੀ ਹੋਵੇ ਤਾਂ ਉਹ ਮੈਂ ਨਹੀਂ ਮੰਨਣ ਨੂੰ ਤਿਆਰ ਕਿ ਕਿਸੇ ਨੇ ਪ੍ਰੂਣ ਹਤਿਆ ਕੀਤੀ ਹੋਵੇ ਜੇਕਰ ਇੱਕ ਲੜਕੇ ਪਹਿਲਾਂ ਹੈ ਤੇ ਜੇਕਰ ਉਹ ਦੋ ਬੱਚੇ ਹੀ ਰੱਖਣਾ ਚਾਹੁੰਦਾ ਆਪਣੇ ਪਰਿਵਾਰ ਦੇ ਵਿੱਚ ਤਾਂ ਉਸ ਹਾਲਤ ਦੇ ਵਿੱਚ ਇਹ ਕੀਤਾ ਜਾਂਦਾ ਪਰੰਤੂ ਇਹ ਇੱਕ ਬੜਾ ਟੈਂਪਰੇਰੀ ਜਿਹਾ ਆਰਜ਼ੀ ਜਿਹਾ ਫੇਸ ਹੈ ਅਤੇ ਵਕਤ ਦੇ ਬੀਤਣ ਦੇ ਨਾਲ ਫੇਰ ਦੁਬਾਰਾ ਉਹ ਬੈਲੈਂਸ ਜਿਹੜਾ ਹੈ ਕੁਦਰਤ ਦੇ ਵੱਲੋਂ ਜਿਹੜਾ ਹੈ ਸਥਾਪਿਤ ਕਰ ਦਿੱਤਾ ਜਾਵੇਗਾ ਯੂਰਪ ਦੇ ਵਿੱਚ ਲੜਕੀ ਜਿਹੜੀ ਹੈ ਉਸ ਨੂੰ ਘਰ ਦੇ ਵਿੱਚ ਵਧੇਰੇ ਪ੍ਰਵਾਨਗੀ ਮਿਲਦੀ ਹੈ ਕਿਉਂਕਿ ਲੜਕੀਆਂ ਨੂੰ ਉਸ ਸਮਾਜ ਦੇ ਵਿੱਚ ਜਿਹੜੀ ਜੌਬ ਹੈ ਉਹ ਸੌਖੀਆਂ ਮਿਲਦੀ ਹੈ ਸਾਡੇ ਸਮਾਜ ਦੇ ਵਿੱਚ ਲੜਕੀ ਜਿਹੜੀ ਹੈ ਉਹ ਪਰਿਵਾਰ ਦਾ ਬੋਝ ਸਮਝੀ ਜਾਂਦੀ ਹੈ ਇਸ ਕਰਕੇ ਇਹ ਰੁਝਾਨ ਪੈਦਾ ਹੋਇਆ ਹੈ ਪਰੰਤੂ ਜਿਸ ਤਰੀਕੇ ਨਾਲ ਲੜਕੀਆਂ ਹੁਣ ਹਰ ਖੇਤਰ ਦੇ ਵਿੱਚ ਮੱਲਾ ਮਾਰ ਰਹੀਆਂ ਹਨ ਅੱਗੇ ਆ ਰਹੀਆਂ ਹਨ ਉਸ ਦੇ ਨਾਲ ਇਸਤਰੀ ਆਪਣੀ ਯੋਗਤਾ ਦੇ ਨਾਲ ਆਪਣਾ ਸਥਾਨ ਬਣਾਵੇਗੀ ਮੈਂ ਜਦੋਂ ਕਈ ਵਾਰ ਇਹ ਸੁਣਦਾ ਕਈ ਵਾਰ ਇਸਤਰੀਆਂ ਨੂੰ ਕਿ ਅਸੀਂ ਪੁਰਸ਼ਾਂ ਦੇ ਬਰਾਬਰ ਹੋਣਾ ਚਾਹੁੰਦੀਆਂ ਹਾਂ ਮੈਂ ਉਹਨਾਂ ਨੂੰ ਕਿਹਾ ਕਰਦਾ ਕੋਈ ਵੱਡਾ ਕੋਈ ਉੱਚਾ ਟੀਚਾ ਬਿਥੋ ਇਹ ਕੋਈ ਬਹੁਤਾ ਉੱਚਾ ਟੀਚਾ ਨਹੀਂ ਹੈ ਕਿ ਤੁਸੀਂ ਪੁਰਸ਼ ਦੇ ਬਰਾਬਰ ਹੋਣਾ ਚਾਹੁੰਦੇ ਹੋ ਤੁਸੀਂ ਉੱਚੇ ਆਦਰਸ਼ਾਂ ਵਾਸਤੇ ਜਿਹੜਾ ਹੈ ਜੂਜੋ ਸਮਾਜ ਦੇ ਵਿੱਚ ਜਿਹੜੀ ਨਾ ਬਰਾਬਰੀ ਹੈ ਉਸ ਦੇ ਵਿਰੁੱਧ ਸੰਘਰਸ਼ ਕਰੋ ਜਦੋਂ ਸਮਾਜ ਦੇ ਵਿੱਚ ਨਾ ਬਰਾਬਰੀ ਖਤਮ ਹੋ ਜਾਵੇਗੀ ਤਾਂ ਇਸਤਰੀ ਪ੍ਰਤੀ ਜਿਹੜਾ ਵਿਰੋਧ ਹੈ ਉਹ ਵੀ ਆਟੋਮੈਟਿਕਲੀ ਖਤਮ ਹੋ ਜਾਏਗਾ ਸੋ ਇਹ ਪ੍ਰੂਣ ਹੱਤਿਆ ਦੇ ਸਮੱਸਿਆ ਬਾਰੇ ਬਹੁਤੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਕੁਦਰਤ ਦੇ ਵਿੱਚ ਇੱਕ ਬੈਲੈਂਸ ਰਿਸਟੋਰ ਕਰਨ ਦੀ ਇੱਕ ਕਪੈਸਿਟੀ ਹੁੰਦੀ ਹੁੰਦੀ ਹੈ ਅਬਿਲਿਟੀ ਹੁੰਦੀ ਹੁੰਦੀ ਹੈ ਉਸ ਦੇ ਨਾਲ ਇਹ ਸਾਰੀ ਗੱਲ ਆਪੇ ਹੀ ਠੀਕ ਹੋ ਜਾਵੇਗੀ ਜਦੋਂ ਪੁਰਸ਼ ਆਪਣੇ ਪੁੱਤਰਾਂ ਤੋਂ ਪਰੇਸ਼ਾਨ ਹੋਣਗੇ ਤਾਂ ਉਸ ਵੇਲੇ ਉਹ ਤੀਆਂ ਲਈ ਤਾਂਗਣਗੇ